जब है ही नहीं है तो भाई न्यूज़ में भी देने का कोई फ़ायदा नहीं है, जब असर तो होता नहीं किसी को भी, या तो भाई किसी पे असर हो कि बोला जाए तो वो सुने फिर तो ठीक है। ये तो है लोगों ने बेट चाल बना रखी है, बूटा पता नहीं है अगले घर जाकर बैठ जाना, बस चार दिन खप पैनी है। रीसेंट मैं एक हॉस्पिटल विजिट किया डेट टाइम आई सी कि उत्थे दवाइया फ्री मिल रही सीगिया, तो जी गैदरिंग पहला नालों हॉस्पिटलों ज़्यादा ही, अगर देखा जाए तो इस सरकार ने जी करंट अपनी चल रही है ना, इन्होंने सेहत सहूलतों बड़ी इंप्रूवमेंट की है, चाहे इस सरकार ने एन जी ओज़ कोलोबरेट करके चाहे जिस तरह मर्जी है, तुम जो सरकारी स्कूलों का सिक्ख्या का पद्धर देखो हूँ जाके, और जो टाइम असी सरकारी स्कूलों पढ़े हैं उस टाइम तो ये सरकार सीगी हुई नहीं। किसी सरकार तो किसी को कोई उम्मीद नहीं है, ना वो रख सकता। मावां दे कले कले पुत ने नशिया च जा रहे हैं, जो मेन नशा चलिया जाऊगा पंजाब दे विचों अपने पंजाब खुशहाली जाऊ, पढ़े लिखी जूत आ वह बाहर जा रही है, रह की जाना इतने पंजाब दे विच, यूपी वाले ने आ जाना वा वधिया इंसान चले जा रहे हैं, बाकी नशिया च पाए हुए सरकार ने। पंजाब किदन दी मैं उठी हाँ उन्होंने देखे या पंजाब नीचे आया उपर तो आया ही नहीं। पर आपां तां मेहनत करके खाना बई, मेहनत करके गुजारा होना, ਆਪਾਂ ਤਾਂ ਇਹੀ ਕਹਿੰਦੇ ਹਾਂ, ਵੋਟ ਦੇਖ ਕੇ ਪਾਊ ਆਪਣੀ। ਕੀ ਕਹਿੰਦੀ ਜਨਤਾ ਪ੍ਰੋਗਰਾਮ ਦੇ ਵਿੱਚ ਸਭਨਾਂ ਦਾ ਜੀ ਆਇਆ। ਇਸ ਵਕਤ ਅਸੀਂ ਪੰਜਾਬ ਸਰਕਾਰ ਦੀ ਇੱਕ ਬੱਸ ਦੇ ਵਿੱਚ ਮੌਜੂਦ ਹਾਂ ਜਿੱਥੇ ਆਮ ਲੋਕ ਸਫ਼ਰ ਕਰ ਰਹੇ ਨੇ। ਸਾਡੇ ਚੈਨਲ ਦੀ ਇੱਕ ਖਾਸ ਗੱਲ ਹੁੰਦੀ ਹੈ ਕਿ ਆਮ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਜਾਣੀਏ ਅਤੇ ਕੀ ਉਹ ਸਰਕਾਰ ਪ੍ਰਤੀ ਕੀ ਰਵੱਈਆ ਰੱਖਦੇ ਨੇ, ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਉਮੀਦਾਂ ਨੇ ਅਤੇ ਪਿਛਲੀ ਸਰਕਾਰ ਬਾਰੇ ਕੀ ਵਿਚਾਰ ਹੈ। ਗੱਲਬਾਤ ਸ਼ੁਰੂ ਕਰਦੇ ਹਾਂ ਲੋਕਾਂ ਦੇ ਨਾਲ। ਤੁਹਾਡਾ ਕੀ ਨਾਮ? ਲੀਨਾ। 2024 ਦੀ ਚੋਣ ਆ ਰਹੀ ਹੈ, ਹਰ ਕੋਈ ਵੋਟ ਪਾਉਂਦਾ, ਤੁਸੀਂ ਵੀ ਪਾਉਂਦੇ ਹੋਵੋਗੇ ਹੈ ਨਾ, ਪਿਛਲੀ ਸਰਕਾਰ ਕਿਵੇਂ ਲੱਗੀ ਨਵੀਂ ਤੋਂ? ਪਿਛਲੀ ਸਰਕਾਰ ਵੀ ਠੀਕ ਸੀਗੀ ਆਪਣੇ, ਪਰ ਜੋ ਉਹਨਾਂ ਨੇ ਕਿਹਾ ਸੀ ਉਹ ਕੁਛ ਤਾਂ ਕੀਤਾ ਨਹੀਂ ਆ ਮੇਰੇ ਹਿਸਾਬ ਨਾਲ ਆਪਣੀਆਂ, ਬਾਕੀ ਇਹੀ ਹੈ ਕਿ ਫਰੀ ਸਫ਼ਰ ਦੇ ਰਹੇ ਆ ਇਹ ਠੀਕ ਹੈ ਜੋ ਉਹਨਾਂ ਨੇ ਕੀਤਾ ਵਾ, ਬਾਕੀ ਦੇਖੋ ਹਾਂ ਅੱਗੇ ਬੀਜੇਪੀ ਹੁਣ ਤੱਕ ਦੀ ਕਿਹੜੀ ਬੀਜੇਪੀ ਠੀਕ ਆ। ਕੀ ਨਾਮ? ਪ੍ਰੇਮ। ਚੋਣਾਂ ਆ ਰਹੀਆਂ 2024 ਦੀਆਂ, ਸਰਕਾਰ ਕਿਵੇਂ ਦੀ ਲੱਗੀ ਪਿਛਲੀ ਅਤੇ ਨਵੀਂ? ਬੇਟਾ ਸਾਹਿਬ ਆਪਣੀ ਆਪਣੀ ਜਗ੍ਹਾ ਠੀਕ ਕੰਮ ਕਰ ਰਹੇ ਆ, ਠੀਕ ਹੈ ਨਾ, ਕਿਸੇ ਉਹਨਾਂ ਨੇ ਵੀ ਠੀਕ ਹੀ ਕੀਤਾ ਹੈ, ਜਿਹੜੀ ਅੱਗੇ ਸਰਕਾਰ ਆਊਗੀ ਉਹ ਵੀ ਠੀਕ ਹੀ ਕਰੂਗੀ, ਠੀਕ ਹੀ ਕਰੇਗੀ ਬੇਟਾ। ਲੱਗੀ ਵੈਸੇ ਹੁਣ ਤੱਕ? ਬੇਟਾ ਹਰ ਕੋਈ ਆਪਣੇ ਹਿਸਾਬ ਦੇ ਨਾਲ ਠੀਕ ਹੀ ਕਰਦਾ, ਹਰ ਇੱਕ ਤਾਂ ਆਪਣਾ ਆਪਣਾ ਮਾਇੰਡ ਹੁੰਦਾ ਹੈ, ਠੀਕ ਹੈ ਨਾ, ਹਰ ਕੋਈ ਠੀਕ ਹੀ ਕਰ ਰਿਹਾ ਹੈ, ਜਿਹੜੇ ਅੱਗੇ ਸਰਕਾਰ ਆਊਗੀ ਉਹ ਵੀ ਠੀਕ ਕਰੂਗੀ। ਗੱਲਬਾਤ ਹੋਰਾਂ ਨਾਲ ਕਰ ਲੈਣੇ। ਭਾਅ ਜੀ ਕੀ ਨਾਮ ਹੈ ਜੀ ਆਪਣਾ? ਨਿਰਮਲ ਸਿੰਘ। 2024 ਦੀ ਚੋਣ ਆ ਰਹੀ ਆ ਅਤੇ ਸਾਰੇ ਉਮੀਦ ਕਰਦੇ ਹੁੰਦੇ ਸਰਕਾਰਾਂ ਤੋਂ ਕੁਛ ਨਾ ਕੁਛ, ਹੈਲਥ ਸੁਵਿਧਾ ਠੀਕ ਹੋਵੇ, ਸਿੱਖਿਆ ਖੇਤਰ, ਤੁਹਾਨੂੰ ਕੀ ਉਮੀਦ ਆ ਸਰਕਾਰ? ਨਹੀਂ ਜਿੰਨੇ ਪਹਿਲੇ ਕਰਕੇ ਗਏ ਆ ਜਾਂ ਬਾਅਦ ਵਾਲੇ ਆਏ ਆ, ਕਿਸੇ ਨੇ ਕਿਆ ਕਰਿਆ, ਆਪ ਕਿਹੜੇ ਮੁੱਦੇ ਇਸ 'ਤੇ ਆ ਗਏ ਨੇ ਜੀ, ਕੋਈ ਮੁੱਦਾ ਹੈ ਇਸ ਲਈ ਜਾਂ ਕੋਈ ਸਿਸਟਮ ਹੈ? ਜਬ ਹੈ ਹੀ ਨਹੀਂ ਆ ਤਾਂ ਭਾਈ ਨਿਊਜ਼ ਮੇ ਵੀ ਦੇਣੇ ਕਾ ਕੋਈ ਫਾਇਦਾ ਨਹੀਂ ਹੈ, ਜਬ ਅਸਰ ਤਾਂ ਹੋਤਾ ਨਹੀਂ ਕਿਸੇ ਕੋ ਵੀ, ਜਾਂ ਤਾਂ ਭਾਈ ਕਿਸੇ 'ਤੇ ਅਸਰ ਹੋ ਕਿਸੇ ਬੋਲਾ ਜਾਏ ਤਾਂ ਉਹ ਸੁਣੇ ਫਿਰ ਤਾਂ ਠੀਕ ਹੈ। ਇਹ ਤਾਂ ਹੈਗਾ ਲੋਕਾਂ ਨੇ ਪੇਟ ਚਾਲ ਬਣਾ ਰੱਖੀ ਹੈ, ਬੂਟਾ ਪਾ ਦੇਣੀਆਂ ਨੇ ਅਗਲੇ ਨੇ ਘਰ ਜਾ ਕੇ ਬੈਠ ਜਾਣਾ, ਬਸ ਚਾਰ ਕੁ ਦਿਨ ਖੱਪ ਪੈਣੀ ਹੈ। ਕੋਈ ਵਧੀਆ ਲੱਗੀ ਸਰਕਾਰ? ਵਧੀਆ ਕਿਹੜੀ ਸਰਕਾਰ, ਕਿਸੇ ਸਰਕਾਰ ਨੇ ਫਾਇਦਾ ਕਿਆ ਕਰਿਆ, ਵਧੀਆ ਕੋਈ ਫਾਇਦਾ ਨਹੀਂ ਕਿਸੇ ਦਾ ਵੀ। ਭਾਅ ਜੀ ਕੀ ਨਾਮ ਆਪਣਾ? ਹਾਂਜੀ ਭਾਅ ਜੀ। ਹਾਂਜੀ ਕੀ ਨਾਮ ਆਪਣਾ? ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ। 2024 ਦੀ ਚੋਣ ਆ ਰਹੀ ਆ, ਇਲੈਕਸ਼ਨ ਆ ਰਿਹਾ, ਸਰਕਾਰ ਕਿਵੇਂ ਦੀ ਲੱਗੀ ਅਤੇ ਨਵੀਂ ਸਰਕਾਰ ਤੋਂ ਕੀ ਉਮੀਦ? ਸਰਕਾਰਾਂ ਠੀਕ ਆ ਆਪਣੇ ਜਗ੍ਹਾ, ਜਿੱਥੇ ਕੰਮ ਕਰਦੀ ਆ ਵਧੀਆ ਕਰਦੀਆਂ ਨੇ, ਬਾਕੀ ਹੁਣ ਪਬਲਿਕ 'ਤੇ ਡਿਪੈਂਡ ਕਰਦਾ ਵੀ ਵਿਅਕਤੀ ਕਿਹਨੂੰ ਚੁਣਦੀ ਆ। ਅਤੇ ਕਿਹੜੀ ਸਰਕਾਰ ਵਧੀਆ? ਸਰਕਾਰ ਤਾਂ ਠੀਕ ਆ ਸਰ, ਆਮ ਪਾਰਟੀ ਵਧੀਆ। ਹੋਰਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਮੈਡਮ ਕੀ ਨਾਮ? ਮਨਪ੍ਰੀਤ। ਮਤਲਬ ਤੁਸੀਂ ਡਿਊਟੀ 'ਤੇ ਆਏ ਹੋ? ਹਾਂਜੀ।
ਤੇ ਜਿਸ ਤਰੀਕੇ ਨਾਲ ਹੁਣ 2024 ਦੀ ਚੋਣ ਆ ਰਹੀ ਹੈ, ਹਰ ਕੋਈ ਵੋਟ ਆਪਣੀ ਕਾਸਟ ਕਰਦਾ ਅਤੇ ਕਿਸੇ ਨਾ ਕਿਸੇ ਉਮੀਦਵਾਰ ਨੂੰ ਜਿਤਾਉਂਦਾ, ਪਰ ਤੁਹਾਨੂੰ ਹੁਣ ਤੱਕ ਸਰਕਾਰ ਦੀ ਕਿਹੜੀ ਕੀ ਖਾਸੀਅਤ ਲੱਗੀ ਅਤੇ ਕਿਹੜੀ ਸਰਕਾਰ ਚੰਗੀ? ਦੇਖੋ, ਸਰਕਾਰਾਂ ਸਾਰੀਆਂ ਆਪਣੇ ਅਕੋਰਡਿੰਗ ਕੰਮ ਠੀਕ ਕਰਦੀਆਂ ਨੇ, ਪਰ ਅਸੀਂ ਜਿਵੇਂ ਮੈਂ ਆਪਣੀ ਗੱਲ ਕਰਾਂ ਤਾਂ ਇੰਨਾ ਵੈਲ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਮੈਂ ਪ੍ਰਾਈਵੇਟ ਸੈਕਟਰ 'ਚ ਕੰਮ ਕਰ ਰਹੀ ਹਾਂ, ਹੈ ਨਾ। ਅਤੇ ਐਜ਼ ਕੰਪੈਰੇਟਿਵ ਅਗਰ ਆਪਾਂ ਕਾਂਗਰਸ ਜਾਂ ਹੋਰ ਪਾਰਟੀਆਂ ਦੀ ਗੱਲ ਕਰੀਏ, ਤਾਂ ਰੀਸੈਂਟ ਮੈਂ ਇੱਕ ਹੋਸਪਿਟਲ ਵਿਜ਼ਿਟ ਕੀਤਾ ਸੀਗਾ, ਅਤੇ ਡੈਟ ਟਾਈਮ ਆਈ ਸੀ ਕਿ ਜੋ ਉੱਥੇ ਦਵਾਈਆਂ ਫ੍ਰੀ ਮਿਲ ਰਹੀਆਂ ਸੀਗੀਆਂ, ਅਤੇ ਜਿਹੜੀ ਗੈਦਰਿੰਗ ਪਹਿਲਾਂ ਨਾਲੋਂ ਹੋਸਪਿਟਲਾਂ 'ਚ ਜ਼ਿਆਦਾ ਅਗਰ ਵੇਖਿਆ ਜਾਵੇ, ਤਾਂ ਇਸ ਸਰਕਾਰ ਨੇ ਜਿਹੜੀ ਕਰੰਟ ਆਪਣੀ ਚੱਲ ਰਹੀ ਹੈ ਨਾ, ਇਹਨਾਂ ਨੇ ਸਿਹਤ ਸਹੂਲਤਾਂ 'ਚ ਬੜੀ ਇੰਪਰੂਵਮੈਂਟ ਕੀਤੀ ਹੈ। ਸਿੰਗਲ ਮੈਂ ਕੋਈ ਮੀਨਜ਼ ਇਸ ਤਰ੍ਹਾਂ ਦਾ ਨਾ ਮੇਰੇ ਕੋਲ ਕੋਈ ਕਾਰਡ ਹੈ ਨਾ ਕੋਈ ਫੈਸਿਲਿਟੀ ਸੀ, ਸਟਿਲ 10 ਰੁਪਏ ਦੇ ਉੱਪਰ ਡਾਕਟਰ ਨੇ ਮੈਨੂੰ 2000 ਦੀ ਮੈਡੀਸਨ ਲਿਖ ਕੇ ਦਿੱਤੀ ਸੀਗੀ, ਅਤੇ ਉਹ ਸਾਰੀ ਮੈਡੀਸਨ ਮੈਨੂੰ ਹੋਸਪਿਟਲ 'ਚੋਂ ਹੀ ਮਿਲੀ। ਇਹ ਚੀਜ਼ ਨੂੰ ਲੈ ਕੇ ਮੈਂ ਕਾਫੀ ਥੋੜ੍ਹਾ ਜਿਹਾ ਮੀਨਜ਼ ਮੋਟੀਵੇਟ ਹੋਈ। ਸੈਕਿੰਡ, ਐਜੂਕੇਸ਼ਨ ਸਿਸਟਮ ਨੂੰ ਵੀ ਕਾਫੀ ਇਹਨਾਂ ਨੇ ਅਪਗ੍ਰੇਡ ਕੀਤਾ ਹੈ, ਚਾਹੇ ਇਸ ਸਰਕਾਰ ਨੇ NGOs ਨਾਲ ਕੋਲਾਬਰੇਟ ਕਰਕੇ, ਚਾਹੇ ਜਿਸ ਤਰ੍ਹਾਂ ਮਰਜ਼ੀ ਹੈ। ਤੁਸੀਂ ਜਿਹੜਾ ਸਰਕਾਰੀ ਸਕੂਲਾਂ ਦਾ ਸਿੱਖਿਆ ਦਾ ਪੱਧਰ ਦੇਖੋ ਹੁਣ ਜਾ ਕੇ, ਔਰ ਜਿਹੜੇ ਟਾਈਮਾਂ 'ਚ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹੇ ਹਾਂ, ਉਸ ਟਾਈਮ 'ਤੇ ਸਰਕਾਰ ਸੀਗੀ ਹੋਈ ਨਹੀਂ, ਅਤੇ ਉਹਦਾ ਤੁਸੀਂ ਹੁਣ ਸਕੂਲਾਂ ਦਾ ਦੇਖੋਗੇ ਤਾਂ ਕਾਫੀ ਇੰਪਰੂਵਮੈਂਟ ਹੈ। ਨੰਬਰ ਕਿੰਨੇ ਦਿਓਗੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ? 10? ਕੇਂਦਰ ਨੂੰ ਜਾਂ ਸਟੇਟ? ਕੇਂਦਰ ਸਰਕਾਰ ਨੂੰ ਤਾਂ 7 ਚਾਹੀਦਾ ਹੀ ਹੈ ਇਸ ਚੀਜ਼ ਵਾਸਤੇ। ਜੀ ਜੀ, ਤੁਹਾਡਾ ਕੀ ਨਾਮ ਹੈ? ਕੀ ਨਾਮ? ਰੂਪੇਸ਼ ਕੁਮਾਰ। ਚੋਣਾਂ ਆ ਰਹੀਆਂ 2024 ਦੀਆਂ, ਤੁਸੀਂ ਮਤਲਬ ਬਾਹਰ ਦੇ ਲਾਏ ਦਿਓ, ਕਿੱਥੋਂ ਦੇ ਰਹਿਣਾ? ਹਾਂ, ਬਿਹਾਰ ਕੇ ਰਹਿਣ ਵਾਲੇ ਨੇ। ਚੋਣਾਂ ਤਾਂ ਚਲੋ ਉੱਥੇ ਵੀ ਹੈ ਬਿਹਾਰ ਦੇ ਵਿੱਚ ਵੀ, ਸਰਕਾਰ ਕਿਹੜੀ ਵੇ ਲੱਗੀ? ਵਹਾਂ ਤੋਂ ਮੋਦੀ ਕੀ ਹੀ ਵੋਟ ਹੈ। ਜੀ ਹਾਂ, ਹਮ ਖਗੜੀਆ ਲੋਕ ਸਭਾ ਖੇਤਰ ਸੇ ਪੜਤੇ ਹੈ ਨਾ, ਵਹਾਂ ਮੋਦੀ ਕੀ ਹੀ ਲਹਿਰ ਚੱਲ ਰਹੀ ਹੈ ਵਿਕਾਸ ਕੇ ਲਈ। ਹੁਣ ਨਵੀਂ ਤੋਂ ਕੀ ਉਮੀਦ ਹੈ ਜੋ 24 ਤੋਂ ਬਾਅਦ ਬਣੇਗੀ? 24 ਕੀ ਬਾਤ ਤੋਂ ਉਮੀਦ ਨਹੀਂ, ਅਭੀ ਤੱਕ ਤੋ ਮੋਦੀ ਹੈ ਤੋ ਉਸੀ ਕੇ ਨਾਮ ਪੇ ਵੋਟ ਮਿਲ ਰਹਾ ਹੈ। ਠੀਕ ਭਾਈ, ਤੁਹਾਡਾ ਕੀ ਨਾਮ ਹੈ ਭਾਈ? ਦਲਜੀਤ ਸਿੰਘ। ਆ ਰਹੀਆਂ ਅਤੇ ਬਹੁਤ ਉਮੀਦਾਂ ਜਾਗ ਪੈਂਦੀਆਂ ਹੁੰਦੀਆਂ ਆਮ ਲੋਕਾਂ ਦੀ ਜਾਂ ਇੰਪਲੋਈਜ਼ ਦੀ ਜਾਂ ਪ੍ਰਾਈਵੇਟ ਸੈਕਟਰ ਵਾਲਿਆਂ ਦੀ, ਕਾਫੀ ਉਮੀਦਾਂ ਹੁੰਦੀਆਂ। ਤੁਹਾਨੂੰ ਕਿਹੜੀ ਸਰਕਾਰ ਵੇ ਲੱਗੀ? ਕਿਸੇ ਨੇ ਕੁਛ ਦਿੱਤਾ ਅੱਜ ਕੱਲ੍ਹ ਜਾਂ ਕੋਈ ਅੱਜ ਤੱਕ ਦੇ ਤਾ ਕਿਸੇ ਨੇ? ਜਦ ਦੇ ਦੂਗਾ ਕੋਈ ਮਤਲਬ ਨਹੀਂ। ਉਮੀਦ ਹੈ ਸਰਕਾਰ ਤੋਂ ਇਹ ਸੈਕਟਰ 'ਚ ਇੰਪਰੂਵਮੈਂਟ? ਕਿਸੇ ਸਰਕਾਰ ਤੋਂ ਕਿਸੇ ਨੂੰ ਕੋਈ ਉਮੀਦ ਨਹੀਂ ਹੈਗੀ, ਨਾ ਕੋਈ ਰੱਖ ਸਕਦਾ। ਤੁਹਾਡਾ ਕੀ ਨਾਮ ਭਾਈ? ਆਕਾਸ਼ਦੀਪ। ਚੋਣਾਂ ਆ ਰਹੀਆਂ, ਵੋਟਾਂ ਤਾਂ ਪਾਉਂਗੇ, ਚਲੋ ਥੋੜ੍ਹਾ ਵੋਟ ਕਾਸਟ ਤਾਂ ਕਰੋਗੇ, ਅਤੇ ਕਿਹੜੀ ਵਧੀਆ ਲੱਗੀ ਹੁਣ? ਬਸ ਕੋਈ ਨਹੀਂ ਹੈਗੀ ਹਾਲੇ ਤੱਕ ਤਾਂ। ਉਮੀਦ ਹੈ ਕੋਈ ਸਰਕਾਰ ਤੋਂ ਮਿਲਿਆ ਤਾਂ ਜੋਬ ਕਰਦੇ? ਪੜ੍ਹਾਈ। ਉਮੀਦ ਕੀ ਕਰ ਰਹੇ ਹੋ ਸਰਕਾਰ ਤੋਂ ਐਜੂਕੇਸ਼ਨ ਵਾਲੇ ਪਾਸੇ ਜਾਂ ਜੋਬ ਵਾਲੇ ਪਾਸੇ? ਵੀ ਜੋਬ ਸ਼ੋਰ ਦੇਣ, ਵੀ ਕੋਈ ਬਾਹਰ ਨਾ ਜਾਵੇ। ਹਾਂਜੀ ਮੈਡਮ, ਤੁਹਾਡਾ ਕੀ ਨਾਮ? 2024 ਦੀ ਚੋਣ ਆ ਰਹੀ ਆ, ਹਰ ਕੋਈ ਕੁਛ ਨਾ ਕੁਛ ਉਮੀਦ ਕਰਦਾ, ਜਿਵੇਂ ਤੁਸੀਂ ਸਫ਼ਰ ਕਰ ਰਹੇ ਹੋ, ਸਫ਼ਰ ਦੇ ਵਿੱਚ ਇਹ ਉਮੀਦ ਹੁੰਦੀ ਹੈ ਕਿਰਾਇਆ ਘੱਟ ਹੋਵੇ ਜਾਂ ਸਾਨੂੰ ਸੇਫਲੀ ਜਾਂ ਵਧੀਆ ਤਰੀਕੇ ਨਾਲ ਸਰਵਿਸ ਮਿਲੇ, ਹੈ ਨਾ। ਸਰਕਾਰ ਤੋਂ ਹੁਣ ਕੀ ਉਮੀਦ ਕਰ? ਠੀਕ ਹੈ, ਆਪਣੇ ਠੀਕ ਕੰਮ ਕੀਤਾ, ਵਧੀਆ ਕੀਤਾ। ਵਧੀਆ ਲੱਗੀ ਸਰਕਾਰ? ਹਾਂਜੀ, BJP ਸੈਂਟਰਲ ਅਤੇ BJP। ਕਿੰਨੇ ਨੰਬਰ ਦੋਗੇ 10 ਚ? 9। ਕਰਮਜੀਤ। 2024 ਦੀ ਚੋਣ ਆ ਰਹੀ ਹੈ, ਪਹਿਲਾਂ ਤੁਸੀਂ ਵੋਟਾਂ ਪਾਈਆਂ ਹੋਣੀਆਂ ਨਾ ਕਿਸੇ ਨਾ ਕਿਸੇ ਪਾਰਟੀ ਨੂੰ, ਚਲੋ। ਅਤੇ ਹੁਣ ਨਵੀਂ ਸਰਕਾਰ ਬਣਨ ਜਾ ਰਹੀ ਹੈ 2024 'ਚ ਜੋ ਚੋਣਾਂ ਹੋਣਗੀਆਂ, ਅਤੇ ਕੀ ਉਮੀਦ ਕਰ ਰਹੇ ਸਰਕਾਰ 'ਚ?
ਅਸੀਂ ਤਾਂ ਐਂ ਕਹਿੰਦੇ ਵੀ ਕਿਸਾਨਾਂ ਦੇ ਕੰਮ ਹੋਣੇ ਚਾਹੀਦੇ ਜਿਹੜੇ ਰੁਲਦੇ ਫਿਰਦੇ ਵਿਚਾਰੇ, ਸਰਕਾਰ ਬਣੇ ਤਾਂ ਕੋਈ ਕੰਮ ਕਰੇ, ਹੈ ਨਾ ਵੀ ਵੋਟਾਂ ਵੀ ਆਪਾਂ ਤਾਂ ਆਹੀ ਪਾਉਣੇ ਜੇ ਆਪਣਾ ਕੰਮ ਹੋਵੇ। ਹਾਂ ਕਿਹੜੀ ਸਰਕਾਰ ਨੇ ਲੱਗਦਾ ਵੀ ਕੰਮ ਕੀਤੇ ਆ? ਹਜੇ ਤੱਕ ਤਾਂ ਸਾਨੂੰ ਕੋਈ ਪਤਾ ਨਹੀਂ ਲੱਗਦਾ ਵੀ ਕਿਹਨੇ ਕੀਤੇ ਆ। ਹੁਣ ਕਿਸਾਨ ਤਾਂ ਉੱਥੇ ਬੈਠੇ ਫਿਰ ਰੁਲਦੇ ਆ ਵਿਚਾਰੇ ਧਰਨਿਆਂ 'ਤੇ, ਪਹਿਲਾਂ ਵੀ ਕਿੰਨੇ ਚਿਰ ਰੁਲੀ ਗਏ ਆ, ਜਿਹੜੀ ਉਹਨਾਂ ਨੇ ਮੰਗਾਂ ਕੀਤੀ ਪੂਰੀ ਤਾਂ ਕੋਈ ਨਹੀਂ ਕੀਤੀ ਉਹਨਾਂ ਨੇ ਹਜੇ। ਜਸਵੀਰ ਕੌਰ। ਚੋਣ ਆ ਰਹੀ ਆ 2024 ਦੀ, ਉਮੀਦਾਂ ਬਹੁਤ ਸਾਰਿਆਂ ਦੀ ਜਾਗ ਪੈਂਦੀਆਂ, ਕਹਿੰਦੇ ਵੀ ਸਾਡੀ ਇਹ ਚੀਜ਼ ਸਸਤੀ ਹੋਊਗੀ, ਇਹ ਮਹਿੰਗੀ ਹੋਊਗੀ, ਸਾਰਿਆਂ ਨੂੰ ਉਮੀਦ ਹੈ, ਤੁਹਾਡੀ ਕੀ? ਪਹਿਲਾਂ ਤਾਂ ਬਹੁਤ ਕੁਛ ਕਹਿਣ ਡਿਆ, ਹਰੇਕ ਸਰਕਾਰ ਕਹਿਣ ਡਿਆ ਅਸੀਂ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਲਾਲਚ ਦੇਣ ਡਿਆ, ਪਰ ਕਰਦੇ ਕੁਛ ਨਹੀਂ ਹੈਗੇ ਕਿਸੇ ਨੇ। ਵਧੀਆ ਲੱਗੀ ਹੁਣ ਤਾਂ? ਨਾ ਕੋਈ ਨਹੀਂ ਵਧੀਆ ਲੱਗੀ, ਆਪਾਂ ਘੁੰਮਾਣ ਤਮਾਣ ਕਹਿੰਦੇ ਸੀ ਮੈਂ ਐਂ ਕਰ ਦੂੰ, ਮੈਂ ਵਾਹ ਕਰ ਦੂੰ, ਇਹ ਨਹੀਂ ਮੁੜ ਕੇ ਚੁੱਪ ਹੀ ਕਰ ਜਾਂਦਾ, ਹਰੇਕ ਵੋਟਾਂ ਪਵਾ ਲੈਂਦੇ ਆ, ਮੁੜ ਕੇ ਕੋਈ ਨਹੀਂ ਕੁਛ ਕਰਦਾ। ਗੱਲਬਾਤ ਹੋਰਾਂ ਦੇ ਨਾਲ ਕਰ ਲੈਣਾ ਬਾਈ। ਕੀ ਨਾਮ? ਫਤਿਹ ਬਾਈ। 2024 ਦੀ ਚੋਣ ਆ ਰਹੀ ਆ, ਵੋਟ ਪਾਈ ਹੋਊਗੀ ਪਹਿਲਾਂ ਵੀ ਕਦੇ? ਹਾਂ ਵੋਟ ਪਾਈ ਦੀ ਆ, ਵੋਟ ਦਾ। ਅਤੇ 24 ਦੀ ਚੋਣ ਆ ਰਹੀ ਆ, ਬਹੁਤ ਸਾਰੀ ਉਮੀਦ, ਸਟੂਡੈਂਟ ਵਰਗ ਆ, ਯੂਥ ਆ, ਸਾਰਿਆਂ ਨੂੰ ਉਮੀਦ ਜਾਗ ਪੈਂਦੀ ਆ ਵੀ ਕੰਮ ਹੋਣਗੇ ਤਾਂ ਵੋਟ ਪਾਵਾਂਗੇ। ਤੁਹਾਨੂੰ ਕੀ ਲੱਗਦਾ ਸਰਕਾਰ? ਦੇਖੋ ਹਰੇਕ ਵਾਰ ਕਹੀਦਾ ਵੀ ਜੋਬਸ ਦੇਣੀਆਂ ਚਾਹੀਦੀਆਂ, ਹੈ ਨਾ ਬਈ ਸਾਰਿਆਂ ਨੂੰ ਕੰਮ ਮਿਲਣਾ ਚਾਹੀਦਾ ਹੈਗਾ, ਹੈ ਨਾ, ਬਟ ਜਿਹੜੇ ਵੀ ਆਉਂਦੇ ਹੈਗੇ ਕਹਿੰਦੇ ਤਾਂ ਹੈਗੇ ਹੈਗੇ, ਹੈ ਨਾ ਬਈ ਕਰਾਂਗੇ ਸਾਰੇ, ਜੋਬਸ ਵੀ ਦੇਵਾਂਗੇ, ਬਟ ਹਜੇ ਤੱਕ ਕੁਛ ਇੱਦਾਂ ਦਾ ਹੋਇਆ ਨਹੀਂ, ਦੇਖਦੇ ਹਾਂ ਕਿ ਅੱਗੇ ਜਿਹੜੀ ਸਰਕਾਰ ਆ ਰਹੀ ਹੈਗੀ ਬਈ ਸਾਰਿਆਂ ਨੂੰ ਜੋਬਸ ਮਿਲਣੀਆਂ ਚਾਹੀਦੀਆਂ ਹੈਗਾ, ਹੈ ਨਾ, ਅਤੇ ਬਸ ਇਹੀ ਹੈਗਾ। ਹੁਣ ਤੱਕ ਦੀ ਕਿਹੜੀ ਗਵਰਨਮੈਂਟ ਵਧੀਆ ਲੱਗੀ? ਕੋਈ ਨਹੀਂ ਵਧੀਆ ਲੱਗੀ, ਇਸ ਤਰ੍ਹਾਂ ਕਰੀਏ, ਮਤਲਬ ਸਾਨੂੰ ਤਾਂ ਕੋਈ ਐਸਾ ਉਹ ਹੋਇਆ ਨੀਗਾ ਫਾਇਦਾ ਹਜੇ ਤੱਕ, ਸੋ ਹਜੇ ਤੱਕ ਕੋਈ ਨਹੀਂ ਵਧੀਆ। ਮੈਡਮ ਤੁਹਾਡਾ ਕੀ ਨਾਮ? ਰਾਸ਼ਨ ਪਾਣੀ ਮਹਿੰਗਾ ਹੁੰਦਾ ਤਾਂ ਸਰਕਾਰ ਦਾ ਦੋਸ਼ ਲਾਇਆ ਜਾਂਦਾ, ਸਰਕਾਰ ਨੂੰ ਕਹਿੰਦੇ ਹਨ ਹਰ ਕੁਛ, ਤੇ ਹੁਣ ਉਮੀਦ ਕੀ ਹੈ ਸਰਕਾਰ? ਦੇਖੋ ਵੀ ਜੋ ਜਿੱਤ ਜਾਏਗੀ, ਜੋ ਕੰਮ ਕਰੇਗੀ ਤਾਂ ਉਹ ਹੀ ਅੱਛਾ। ਉਸ ਤੋਂ ਕਿਸੇ ਨੇ ਕੁਛ ਕਰਿਆ ਹੀ ਨਹੀਂ, ਲੱਗ ਤੋ ਕਿਰਾਏ ਪਾਉਂ ਭਟਕਦੇ ਫਿਰ ਲੱਗ ਰਹੇ, ਕੰਮ ਇਤਨਾ ਢੰਗ ਸਿਰ ਹੈ ਨਹੀਂ, ਦਿਹਾੜੀ ਮਿਹਨਤ ਬੰਦਾ ਹੋਊਗਾ, ਅਬ ਕਿਆ ਕਰ ਸਕਦੇ ਆ ਬੰਦਾ। ਕੀ ਹੁਣ ਤਾਂ ਕੀ ਕਿਸੇ ਦਾ ਕੰਮ ਵਧੀਆ ਲੱਗਿਆ? ਅਭੀ ਦੇਖਾਂਗੇ ਵੀ ਕੌਣ ਸਾ ਜਿੱਤੇਗਾ ਕੌਣ ਸਾ ਹਾਰੇਗਾ, ਜਬ ਵੀ ਕੁਛ ਬਨ ਕਰਤੇ ਆ ਵੀ। ਤੁਹਾਡਾ ਕੀ ਨਾਮ ਹੈ? ਪੂਨਮ। ਇੱਥੇ ਰਹਿਣ ਵਾਲੇ? ਹਾਂਜੀ। ਚੋਣਾਂ ਆ ਰਹੀਆਂ, ਬਹੁਤ ਸਾਰੀ ਉਮੀਦਾਂ ਸਰਕਾਰ ਤੋਂ ਜਾਗ ਪੈਂਦੀਆਂ ਦੀਆਂ ਆਮ ਲੋਕਾਂ ਦੀਆਂ, ਸਰਕਾਰ ਕਿਵੇਂ ਦੀ ਲੱਗੀ ਅਤੇ ਨਵੀਂ ਤੋਂ ਕਿਵੇਂ? ਦੇਖਦੇ ਹਾਂ ਸਰ ਕੌਣ ਸੀ ਆਏਗੀ, ਫਿਰ ਬੱਚੋਂ ਕੇ ਲਈ ਕੌਣ ਸੀ ਪੜ੍ਹਾਈ ਲਿਖਾਈ ਕੇ ਲਈ ਅੱਛੀ ਹੋਏਗੀ, ਉਹ ਹੀ ਦੇਖਦੇ ਹਾਂ ਅਭੀ ਤੋਂ। ਅਭੀ ਤੋਂ ਦੇਖੋ ਇਹ ਮੋਦੀ ਜੀ ਕਹਿ ਰਹੇ ਹੈ ਕਿ ਹਾਂ ਬਈ ਬੱਚੋਂ ਕੀ ਅੱਛੀ ਪੜ੍ਹਾਈ ਕਰਾਏਂਗੇ ਕਰਾਏਂਗੇ, ਅਬ ਦੇਖਦੇ ਹਾਂ ਕਰਾਏਂਗੇ ਤੋ ਠੀਕ ਹੈ। ਤੁਹਾਡਾ ਕੀ ਨਾਮ? ਗੁਰਮਿੰਦਰ ਕੌਰ। ਵਸਨੀਕ? ਨਹੀਂ ਲੁਧਿਆਣੇ ਤੋਂ। ਵੱਡੀ ਸ਼ਹਿਰ ਹੀ ਹੈ, ਚਲੋ ਇੰਡਸਟਰੀ ਵਾਲਾ ਸ਼ਹਿਰ ਆ। ਅਤੇ ਹੁਣ 24 ਦੀ ਚੋਣ ਆ ਰਹੀ ਆ, ਸਰਗਰਮੀਆਂ ਤੇਜ਼ ਹੋ ਚੁੱਕੀਆਂ, ਸਾਰੇ ਉਮੀਦਵਾਰ ਉੱਤਰ ਚੁੱਕੇ ਆ ਮੈਦਾਨ ਦੇ ਵਿੱਚ, ਅਤੇ ਸਰਕਾਰ ਕਿਵੇਂ ਦੀ ਲੱਗੀ ਅਤੇ ਨਵੀਂ ਤੋਂ? ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਰੱਖੀ ਜਾਂਦੀ, ਕਿਉਂਕਿ ਮੇਨ ਮੁੱਦਾ ਦੇਖੋ ਘਰਾਂ 'ਚ ਰੋਟੀ ਚੱਲਦੀ ਆ, ਕਿਉਂਕਿ ਰੋਟੀ ਵਾਲਾ ਹੀ ਬੰਦਾ ਨਸ਼ੇ 'ਚ ਜਾ ਰਿਹਾ ਵਾ, ਠੀਕ ਆ। ਜੇ ਸਰਕਾਰ ਨੇ ਮਤਲਬ ਘਰ ਗੁਜ਼ਾਰਾ ਕਰਨਾ ਵਾ, ਨਸ਼ਾ ਪੰਜਾਬ ਤੋਂ ਜਾਊਗਾ ਤਾਂ ਹੀ ਰੋਟੀ ਚੱਲੂਗੀ ਘਰ ਘਰ ਦੇ ਵਧੀਆ ਤੋਂ ਵਧੀਆ। ਫੈਮਲੀਆਂ ਅੱਜ ਕੱਲ੍ਹ ਰੁਲਦੀਆਂ ਪਈਆਂ ਨੇ, ਮਾਵਾਂ ਦੇ ਇਕੱਲੇ ਇਕੱਲੇ ਪੁੱਤ ਨੇ ਨਸ਼ਿਆਂ 'ਚ ਜਾ ਰਹੇ ਨੇ। ਜੇ ਮੇਨ ਨਸ਼ਾ ਚੱਲਿਆ ਜਾਊਗਾ ਪੰਜਾਬ ਦੇ ਵਿੱਚੋਂ, ਆਪਣੇ ਆਪ
ਪੰਜਾਬ ਖੁਸ਼ਹਾਲੀ 'ਚ ਜਾਊ। ਪੜ੍ਹਿਆ ਲਿਖੀ ਜੂ ਤਾਂ ਉਹ ਬਾਹਰ ਜਾ ਰਹੀ ਆ, ਰਹਿ ਕੇ ਜਾਣਾ ਇੱਥੇ ਪੰਜਾਬ ਦੇ ਵਿੱਚ, ਯੂਪੀ ਵਾਲਿਆਂ ਨੇ ਆ ਜਾਣਾ ਵਾ, ਵਧੀਆ ਇਨਸਾਨ ਚਲੇ ਜਾ ਰਹੇ ਆ, ਬਾਕੀ ਨਸ਼ਿਆਂ 'ਚ ਪਏ ਹੋਏ ਆ। ਸਰਕਾਰ ਨੇ ਆਪਣੇ ਹਰ ਇੱਕ ਸਰਕਾਰ ਆ ਰਹੀ ਆ ਅਤੇ ਜਾ ਰਹੀ ਆ, ਆਪਣੇ ਘਰ ਭਰੀ ਜਾ ਰਹੀ ਆ ਅਤੇ ਬਸ ਦੂਜਿਆਂ ਬਾਰੇ ਸੋਚਦੀ ਨਹੀਂ। ਵੋਟਾਂ ਮੰਗ ਰਹੇ ਨੇ, ਬਹੁਤ ਵੱਡੇ ਵੱਡੇ ਵਾਅਦੇ ਕਰ ਲੈਂਦੇ ਨੇ, ਵੋਟ ਮੰਗ ਖਤਮ ਹੁੰਦਿਆਂ ਹੀ ਸਾਰਾ ਕੁਝ ਕਹਿੰਦੇ ਤੂੰ ਕੌਣ ਮੈਂ ਕੌਣ, ਇਹੀ ਕਹਾਣੀ ਆ। ਕੋਈ ਸਹੀ ਲੱਗੀ ਸਰਕਾਰ? ਨਹੀਂ, ਮੈਨੂੰ ਤਾਂ ਕੋਈ ਸਹੀ ਨਹੀਂ ਲੱਗੀ। ਨਹੀਂ, ਪੰਜਾਬ ਕਿੱਦਾਂ ਦੀ ਮੈਂ ਉੱਠੀ ਆ ਉਹਨਾਂ ਦੇਖਿਆ ਆ, ਪੰਜਾਬ ਨੀਚੇ ਆਇਆ, ਉੱਪਰ ਤਾਂ ਆਇਆ ਨਹੀਂ। ਠੀਕ ਹੈ ਮੈਡਮ, ਤੁਹਾਡਾ ਕੀ ਨਾਮ? ਮੇਰਾ ਨਾਮ ਜਸਵਿੰਦਰ ਕੌਰ, ਮੈਂ ਮੋਗੇ ਦੀ ਰਹਿਣ ਵਾਲੀ ਹਾਂ। ਹਾਂਜੀ, ਅਤੇ 2024 ਦੀ ਚੋਣ ਆ ਰਹੀ ਆ, ਜਿਵੇਂ ਭੈਣ ਜੀ ਹੋਰਾਂ ਨੇ ਕਿਹਾ, ਕਹਿੰਦੇ ਕਿ ਨਸ਼ਾ ਵੱਧ ਰਿਹਾ ਹੈਗਾ, ਸਰਕਾਰਾਂ ਨੇ ਕੁਛ ਕਰ ਨਹੀਂ ਰਹੇ, ਤੁਹਾਡਾ ਕੀ ਕਹਿਣਾ ਸਰਕਾਰ ਦੇ ਬਾਰੇ, ਸਰਕਾਰ ਦਾ ਰਵੱਈਆ ਕਿਵੇਂ ਦਾ ਰਿਹਾ? ਸਰ, ਸਰਕਾਰ ਆ ਰਹੀ ਆ, ਜਾ ਰਹੀ ਆ, ਵੋਟਾਂ ਪਾ ਰਹੇ ਆ ਲੋਕ, ਲੇਕਿਨ ਮੈਂ ਇਹ ਚਾਹੁੰਦੀ ਹਾਂ ਵੀ ਜੋ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਛੋਟੇ ਛੋਟੇ ਬੱਚੇ ਆਦੀ ਹੋ ਚੁੱਕੇ ਆ, ਅਸੀਂ ਦੇਖਦੇ ਹਾਂ 10-10 ਸਾਲ ਦੇ, 9-9 ਸਾਲ ਦੇ ਬੱਚੇ ਆ ਜਿਹੜੇ ਉਹ ਟੀਕੇ ਲਗਾ ਰਹੇ ਆ, ਸਾਡੇ ਜਿਹੜੇ ਘਰਾਂ ਦੇ ਘਰ ਆ ਉਹ ਬਰਬਾਦ ਹੋ ਰਹੇ ਆ। ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਨਸ਼ੇ 'ਤੇ ਰੋਕ ਲਗਾਈ ਜਾਵੇ, ਅਤੇ ਤਾਂ ਕਰਕੇ ਜਿਹੜੇ ਬੱਚੇ ਆ ਆਪਣੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਵਧੀਆ ਪਰਿਵਾਰ ਅੱਗੇ ਉੱਠ ਕੇ ਆਪਦੇ ਕੋਈ ਕੰਮ ਕਰ ਸਕਣ। ਹੁਣ ਨਾ ਤਾਂ ਕੋਈ ਨੌਕਰੀ ਮਿਲ ਰਹੀ ਆ, ਚਲੋ ਸਰਕਾਰ ਨੇ ਥੋੜ੍ਹੀਆਂ ਬਹੁਤੀਆਂ ਨੌਕਰੀਆਂ ਦਿੱਤੀਆਂ ਪਰ ਓਨੀਆਂ ਵੀ ਨਹੀਂ। ਜੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ, ਬੱਚੇ ਨੌਕਰੀ 'ਤੇ ਪੜ੍ਹ ਲਿਖ ਕੇ ਨੌਕਰੀ 'ਤੇ ਤਾਂ ਹੀ ਜਾਣਗੇ ਨਾ ਅੱਗੇ, ਕੋਈ ਆਪਦਾ ਜਿਹੜਾ ਵੀ ਕੋਰਸ ਵਗੈਰਾ ਤਾਂ ਹੀ ਕਰ ਪਾਉਣਗੇ ਨਾ ਜੇ ਨਸ਼ੇ ਤੋਂ ਰਾਹਤ ਹੋਣਗੇ। ਅੱਜ ਕੱਲ੍ਹ ਦੇ ਨੌਜਵਾਨ ਸਭ ਨਸ਼ੇ ਦੇ ਵਿੱਚ ਆਦੀ ਹੋ ਚੁੱਕੇ ਆ। ਸਰਕਾਰ ਸਹੀ ਲੱਗੀ ਜਿਹਨੇ ਇਹ ਨਸ਼ਿਆਂ 'ਤੇ ਨਕੇਲ ਪਾਈ ਹੋਵੇ? ਸਰ, ਮੈਨੂੰ ਕੋਈ ਸਰਕਾਰ ਨਹੀਂ ਲੱਗੀ, ਸਮਾਂ ਦੀ ਜਿਹੜੀ ਵੀ ਸਰਕਾਰ ਆਉਂਦੀ ਆ ਉਸ ਤੋਂ ਜ਼ਿਆਦਾ ਵੱਧ ਕੇ ਨਸ਼ੇ ਚੱਲ ਰਹੇ ਆ, ਘਰ ਘਰ ਦੇ ਵਿੱਚ ਨਸ਼ਾ ਵਿਕ ਰਿਹਾ ਅਤੇ ਘਰ ਘਰ ਦੇ ਲੋਕ ਛੋਟੇ ਛੋਟੇ ਬੱਚੇ ਆਦੀ ਹੋ ਚੁੱਕੇ ਆ। ਹੁਣ ਮੈਂ ਦੇਖਦੀ ਹਾਂ ਬਹੁਤ ਜ਼ਿਆਦਾ ਬਜ਼ੁਰਗ ਵੀ ਆ ਜਿਹੜੇ ਨਸ਼ੇ ਦੇ ਆਦੀ ਹੋ ਚੁੱਕੇ ਆ। ਪਲੀਜ਼, ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹਾਂ ਨਸ਼ੇ 'ਤੇ ਰੋਕ ਲਗਾਈ ਜਾਵੇ ਤਾਂ ਕਿ ਅਸੀਂ ਵੀ ਵੋਟਾਂ ਖੁਸ਼ ਹੋ ਕੇ ਪਾ ਸਕੀਏ ਉਹਨਾਂ ਨੂੰ। ਤੁਹਾਡਾ ਕੀ ਨਾਮ? ਮੇਰਾ ਨਾਮ ਸੁਫਰਾਜ ਹੈ ਜੀ, ਮੈਂ ਮੋਗੇ ਤੋਂ ਬਿਲੋਂਗ ਕਰਦਾ। ਚੋਣ ਆ ਰਹੀ ਆ ਮੋਗਾ ਦੇ ਵਿੱਚ, ਵੀ ਬਹੁਤ ਸਾਰੇ ਕੈਂਡੀਡੇਟ ਵੋਟਾਂ ਮੰਗਣ ਆ ਰਹੇ ਹੋਣਗੇ, ਤੁਹਾਨੂੰ ਪਤਾ ਹੀ ਹੋਵੇਗਾ, ਅਤੇ ਸਰਕਾਰ ਦਾ ਰਵੱਈਆ ਕਿਵੇਂ ਦਾ ਰਿਹਾ ਅਤੇ ਨਵੀਂ ਤੋਂ ਕੀ? ਲੋਕ ਜੀ ਸਰਕਾਰ ਤੋਂ ਬਹੁਤ ਅੱਕੇ ਪਏ ਨੇ, ਜਿਵੇਂ ਹੁਣ ਆਉਣ ਵਾਲੀ ਪੀੜ੍ਹੀ ਆ ਜਿਹੜੀ ਜਨਰੇਸ਼ਨ ਹੈਗੀ, ਹੁਣ ਜਿਨ੍ਹਾਂ ਦੀਆਂ ਵੋਟਾਂ ਬਣਦੀਆਂ ਉਹ ਵੋਟ ਪਾਉਂਦੇ ਹੀ ਨਹੀਂਗੇ, ਕਿਉਂਕਿ ਉਹਨਾਂ ਨੂੰ ਉਹਦੀ ਸਹੂਲਤ ਮਿਲਦੀ ਨਹੀਂ ਗੀ। ਪੜ੍ਹਾਈਆਂ ਦਾ ਬਹੁਤ ਮੰਦਾ ਹਾਲ ਆ, ਸਾਰੇ ਕਿਤੇ ਬਹੁਤ ਜ਼ਿਆਦਾ ਮੰਦਾ ਹਾਲ ਆ। ਤੱਕ ਵਧੀਆ ਲੱਗੀ ਸਰਕਾਰ, ਕੋਈ ਚੰਗੀ ਲੱਗੀ ਜਿਹਨੇ ਚੰਗਾ ਕੰਮ? ਨਹੀਂ ਜੀ, ਚੰਗੀ ਲੱਗੀ ਨਹੀਂ, ਤਾਂ ਹੀ ਵੋਟ ਪਾਉਣ ਨੂੰ ਜੀ ਨਹੀਂ ਕਰਦਾ ਜੀ। ਵੋਟ ਤਾਂ ਜ਼ਰੂਰ ਪਾਓ, ਕੋਈ ਗੱਲ ਨਹੀਂ। ਮੈਡਮ ਕੀ ਨਾਮ? ਸਿਮਰਨ। 2024 ਦੀ ਚੋਣ ਆ ਰਹੀ ਆ ਅਤੇ ਕੈਂਡੀਡੇਟ ਸਾਰੇ ਵੋਟਾਂ ਮੰਗ ਰਹੇ ਹੋਣਗੇ, ਪਹਿਲਾਂ ਵੀ 19 ਦੇ ਵਿੱਚ ਵੋਟਾਂ ਮੰਗੀਆਂ ਸੀਗੀਆਂ ਅਤੇ ਵੋਟਾਂ ਰੱਜ ਕੇ ਲੋਕਾਂ ਨੇ ਪਾਈਆਂ, ਅਤੇ ਹੁਣ ਪਿਛਲੀ ਸਰਕਾਰ ਦਾ ਰਵੱਈਆ ਕਿਵੇਂ ਦਾ ਲੱਗਿਆ, ਨਵੀਂ ਤੂੰ ਕੀ ਉਮੀਦ? ਸਰ, ਐਵੇਂ ਹੀ ਹੈ ਸਾਰਾ ਕੁਛ, ਵੋਟਾਂ ਦੇ ਟਾਈਮ 'ਤੇ ਹੀ ਸਭ ਅੱਛਾ ਹੈ, ਵੋਟਾਂ ਤੋਂ ਬਾਅਦ ਤੋਂ ਸਭ ਵੈਸੀਆਂ ਹੀ ਗੱਲਾਂ, ਨਾ ਕੋਈ ਕੰਮ ਹੈ ਨਾ ਕੋਈ ਕਾਜ, ਨਸ਼ੇ ਸਾਰੀ ਜਗ੍ਹਾ 'ਤੇ, ਨਸ਼ੇ ਹੀ ਨਸ਼ਾ, ਬਸ ਜਿਹੜੇ ਘਰ ਫੋੜ ਲਓ ਉਹੀ ਨਸ਼ਿਆਂ ਨਾਲ ਭਰੇ ਪਏ ਆ, ਕੁਛ ਵੀ ਨਹੀਂ ਹੈ, ਕੁਛ ਨਹੀਂ ਕਰ ਸਕਦੀ ਸਰਕਾਰ। ਕੋਈ ਸਹੀ ਲੱਗਿਆ, ਕੋਈ ਵਧੀਆ ਉਮੀਦਵਾਰ ਲੱਗਿਆ ਹੋਵੇ ਜਾਂ ਪਾਰਟੀ ਕੁਛ? ਬਸ ਸਰ, ਜਿਹੜਾ ਫਰੀ ਦੇਈ ਜਾਂਦਾ ਪਿਆ ਉਹੀ ਵਧੀਆ ਵਧੀਆ ਵਿੱਚ ਆਈ ਜਾਂਦਾ, ਬਸ ਫਰੀ ਫਰੀ ਕਰਕੇ ਹੀ ਭੱਠਾ ਕੋਲ ਕੀਤਾ ਹੋਇਆ ਲੋਕਾਂ ਦਾ, ਹੋਰ ਕੀ ਕੀਤਾ ਬਸ। ਭਾਈ ਕੀ ਨਾਮ? ਕੀ ਨਾਮ? ਮੇਰਾ ਨਾਮ ਰਸ਼ਪਾਲ ਸਿੰਘ ਜੀ। ਚੋਣਾਂ ਆ ਰਹੀਆਂ 2024 ਦੀਆਂ ਅਤੇ ਕੀ ਕਹਿਣਾ ਚਾਹੋਗੇ, ਸਰਕਾਰ ਦਾ ਰਵੱਈਆ ਕਿਵੇਂ ਦਾ ਰਿਹਾ, ਵਧੀਆ ਰਿਹਾ? ਮੈਂ ਵੋਟਾਂ ਪਾ ਦੇਣੀਆਂ ਆਪਾਂ ਨੇ, ਇੱਕ ਗੱਲ ਮੇਰੀ ਇਹ ਸੁਣ ਵੀਰ,
ਜਿਹੜੇ ਨਵੇਂ ਉਮੀਦਵਾਰ ਮਤਲਬ MLA ਬਣਦੇ ਨੇ, ਕੁਛ ਵੀ ਬਣਦੇ ਨੇ, ਕੋਈ ਮੋਬਾਈਲ ਵੇਚਣ ਵਾਲਾ ਬਣ ਗਿਆ, ਕੋਈ ਉਹਨਾਂ ਦੇ ਕੰਨਾਂ ਦੇ ਵਿੱਚ ਜਾ ਕੇ ਸਰਕਾਰਾਂ ਦੇ ਇਹ ਗੱਲ ਪਾਓ, ਉਹਨਾਂ ਦੇ ਖਾਤੇ ਚੈੱਕ ਕਰੋ ਵੀ ਕਿੰਨੀ ਪ੍ਰੋਪਰਟੀ ਬਣਾਈ ਇਹਨਾਂ ਨੇ, ਵੀ ਕਿੱਥੋਂ ਆਈ ਆ। ਇੱਕ ਮੋਬਾਈਲ ਵੇਚਣ ਵਾਲਾ ਵੱਧ ਤੋਂ ਵੱਧ 500-700 ਰੁਪਇਆ ਬਣਵਾ ਲੂਗਾ, ਉਹਨਾਂ ਦੇ ਖਾਤੇ ਚੈੱਕ ਕਰਨੇ ਚਾਹੀਦੇ ਨੇ। ਇਹ ਗਰੀਬ ਜਨਤਾ ਨੂੰ ਲੁੱਟ ਕੇ ਖਾ ਰਹੇ ਨੇ, ਕੋਈ ਵੀ ਸਰਕਾਰ ਆ, ਅਗਲੀ ਪਿਛਲੀ ਕੋਈ ਵੀ ਲਾ ਲਾ, ਆਉਣ ਵਾਲੀ ਵੀ ਲੁੱਟੂਗੀ, ਇਹਨਾਂ ਨੇ ਲੁੱਟਣਾ। ਪਰ ਆਪਾਂ ਤਾਂ ਮਿਹਨਤ ਕਰਕੇ ਖਾਣਾ ਬਾਈ, ਮਿਹਨਤ ਕਰਕੇ ਗੁਜ਼ਾਰਾ ਹੋਣਾ, ਆਪਾਂ ਤਾਂ ਇਹੀ ਕਹਿੰਦੇ ਹਾਂ। ਵੋਟ ਦੇਖ ਕੇ ਪਾਓ ਆਪਣੀ ਅਤੇ ਵਧੀਆ ਉਮੀਦਵਾਰ ਚੁਣੋ। ਠੀਕ ਮੈਡਮ, ਤੁਹਾਡਾ? ਮੇਰਾ ਨਾਮ ਆਰਤੀ, ਲੁਧਿਆਣਾ ਦੇ ਵਸਨੀਕ। ਹਾਂਜੀ, ਚੋਣਾਂ ਆ ਰਹੀਆਂ, ਲੋਕ ਕੈਂਡੀਡੇਟ ਆ ਰਹੇ ਆ ਘਰਾਂ ਦੇ ਵਿੱਚ, ਮਿਲ ਕੇ ਜਾ ਰਹੇ ਆ, ਵੋਟਾਂ ਦੀ ਉਮੀਦ ਕਰ ਰਹੇ ਆ, ਪਰ ਵੋਟ ਤਾਂ ਹਰ ਕੋਈ ਆਪਦੇ ਮੁਤਾਬਕ ਪਾਉਂਦਾ ਜਿਹੜਾ ਚੰਗਾ ਲੱਗਦਾ ਹੋਵੇ। ਪਿਛਲੀ ਸਰਕਾਰ ਕਿਵੇਂ ਦੀ ਲੱਗੀ, ਕਿਵੇਂ ਦਾ ਰਵੱਈਆ ਰਿਹਾ, ਨਵੀਂ ਸਰਕਾਰ ਦੇ ਉੱਤੋਂ ਕੀ? ਪਿਛਲੀ ਸਰਕਾਰ ਵੀ ਅੱਛੀ ਸੀ, ਅੱਛਾ ਰਿਹਾ ਹੈ, ਕੰਮ ਕਾਰ ਪੰਜਾਬ 'ਚ ਹੋ ਰਹੇ ਨੇ, ਇਹ ਨਹੀਂ ਕਹਿ ਸਕਦੇ ਨਹੀਂ ਹੋ ਰਹੇ। ਅੱਗੇ ਵੀ ਚਾਹੁੰਦੇ ਹਾਂ ਕਿ ਅਸੀਂ ਸਰਕਾਰ ਬੈਸਟ ਕਰੇ, ਬਸ ਸਾਡੀ ਇਹੀ ਉਮੀਦ। ਮੈਡਮ ਠੀਕ ਹੈ, ਯੋਗਵੀਰ ਸਿੰਘ। 2024 ਦੀ ਚੋਣ ਆ ਰਹੀ ਆ, ਕਿਵੇਂ ਦਾ ਵੇਖ ਰਹੇ ਹੋ ਸਰਕਾਰ ਦਾ ਰਵੱਈਆ, ਕਿਵੇਂ ਦਾ ਰਿਹਾ ਪਿਛਲੇ ਸਾਲਾਂ ਦੌਰਾਨ, ਅਤੇ ਨਵੀਂ ਤੋਂ ਕੀ? ਵਧੀਆ ਰਿਹਾ ਵੈਸੇ, ਮਤਲਬ ਵੀ ਹਲੇ ਆਪ ਸਰਕਾਰ ਨਵੀਂ ਆ ਪੰਜਾਬ 'ਚ, ਹਲੇ ਟਾਈਮ ਤਾਂ ਲੱਗੂਗਾ, 1-2 ਸਾਲ ਲੱਗਣਗੇ ਹਲੇ ਕੰਮ ਕਰਨ ਨੂੰ, ਪਰ ਹਲੇ ਤੱਕ ਫਿਲਹਾਲ ਤਾਂ ਵਧੀਆ ਵਾ। ਯੂਥ ਲਈ ਜੋਬਸ ਵਗੈਰਾ ਆਈ ਜਾਂਦੇ ਨੇ, ਨੋਟੀਫਿਕੇਸ਼ਨ ਆਈ ਜਾਂਦੀਆਂ, ਟਾਈਮ ਨਾਲ ਐਗਜ਼ਾਮਸ ਹੋਈ ਜਾਂਦੇ ਨੇ, ਵਧੀਆ ਵਾ। 10-10 ਡਿਵੈਲਪਮੈਂਟ ਦੇ ਪ੍ਰੋਜੈਕਟ ਕਿਹੜੇ ਹੋਣੇ ਚਾਹੀਦੇ ਪੰਜਾਬ? ਡਿਵੈਲਪਮੈਂਟ ਦੇ ਫਿਲਹਾਲ ਤਾਂ ਸਹੀ ਹੋਣੇ ਵੈਸੇ, ਬਾਕੀ ਹੋਰ ਇੱਦਾਂ ਇੰਡਸਟਰੀ ਵਗੈਰਾ ਹੋਰ ਥੋੜ੍ਹੀ ਐਕਸਪੈਂਡ ਹੋਵੇ, ਬਾਕੀ ਸਰਵਿਸ ਸੈਕਟਰ ਆਵੇ ਜਿਹੜਾ ਕਿ ਮੇਨ GDP 'ਚ ਆਪਣੇ ਕੰਟਰੀਬਿਊਟ ਕਰਦਾ, ਬਾਕੀ ਪੰਜਾਬ 'ਤੇ ਕਰਜ਼ਾ ਹੁਣ ਥੋੜ੍ਹਾ ਜਿਹਾ ਵਧੀਆ ਰਿਹਾ, ਅਤੇ ਉਹਦੇ ਲਈ ਥੋੜ੍ਹੀ ਜਿਹੀ ਇਨਵੈਸਟਮੈਂਟ ਦੀ ਜ਼ਰੂਰਤ ਆ। ਤੁਹਾਡਾ ਕੀ ਨਾਮ ਭਾਈ? ਰਣਜੀਤ ਸਿੰਘ। ਚੋਣਾਂ ਆ ਰਹੀਆਂ 2024 ਦੀਆਂ, ਅਤੇ ਬਹੁਤ ਸਾਰੇ ਕਿਵੇਂ ਲੱਗੀ ਪਿਛਲੀ ਸਰਕਾਰ? ਭਗਵੰਤ ਮਾਨ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ। ਉਮੀਦ ਕੀ ਕਰ ਰਹੇ ਹੋ ਸਰਕਾਰ? ਕੰਮ ਤਾਂ ਠੀਕ ਹੈ, ਬਸ ਵਧੀਆ ਬਣ ਰਹੀਆਂ, ਨਾਲੇ ਬਾਕੀ ਆ ਸਭ ਲੇਡੀਜ਼ ਫਰੀ ਕਰ ਰਹੀ ਹੈ, ਬਸ ਠੀਕ ਆ, ਕੁੱਲ ਮਿਲਾ ਕੇ ਠੀਕ ਹੈ। ਕੋਈ ਚੰਗੀ ਲੱਗੀ ਹੁਣ ਤੱਕ ਸਰਕਾਰ? ਸੇਮ ਹੀ ਹੈ, ਉਹ ਨੀਤੀ ਵਰਗਾ ਹੈ ਬਸ, ਹੋਰ ਕਿਆ। ਕਾਂਗਰਸ ਵੀ ਠੀਕ ਹੈ, ਇਹ ਵੀ ਠੀਕ ਹੈ। ਤਾਂ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਰਾਏ ਵੀ ਦਿੱਤੀ ਗਈ, ਜਿਸ ਵਿਚਕਾਰ ਨਸ਼ਿਆਂ ਦਾ ਮੁੱਦਾ ਮੁੱਖ ਤੌਰ 'ਤੇ ਰੱਖਿਆ ਗਿਆ। ਆਮ ਤੌਰ 'ਤੇ ਔਰਤਾਂ ਵੱਲੋਂ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਰੱਖਿਆ ਗਿਆ, ਅਤੇ ਨਾਲ ਹੀ ਬਹੁਤ ਸਾਰੀ ਸਰਕਾਰਾਂ ਦੇ ਉੱਤੇ ਬਹੁਤ ਸਾਰੇ ਲੋਕ ਬੋਲਦੇ ਨਜ਼ਰ ਆਏ ਕਿ ਇਹ ਕੰਮ ਨਹੀਂ ਹੋ ਪਾਏ, ਜਿਸ ਕਾਰਨ ਕਿਤੇ ਨਾ ਕਿਤੇ ਸਰਕਾਰ ਦੀ ਨਾਕਾਮੀਆਂ ਵੀ ਸਾਹਮਣੇ ਰੱਖੀਆਂ ਗਈਆਂ। ਅਤੇ ਨਾਲ ਹੀ ਜੇ ਨਸ਼ਿਆਂ ਦੇ ਮੁੱਦੇ ਨੂੰ ਮੁੱਖ ਰੂਪ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਰੱਖਿਆ ਗਿਆ।